ਤੁਸੀਂ ਕੁਝ ਦਿਨ ਪਹਿਲਾਂ ਕਿਹਾ ਸੀਗਾ ਕਿ ਮੈਂ ਆਪ ਇਲੈਕਸ਼ਨ ਨਹੀਂ ਲੜੂੰਗਾ ਵੀ ਸਪੋਰਟ ਕਰੂੰਗਾ ਹਾਂਜੀ ਤੇ ਜੇਕਰ ਸੰਗਤ ਹੁਕਮ ਕਰਦੀ ਆ ਕਿਉਂਕਿ ਸਿੱਖ ਧਰਮ ਦੇ ਵਿੱਚ ਸੰਗਤ ਦਾ ਹੁਕਮ ਸਭ ਤੋਂ ਉੱਪਰ ਮੰਨਿਆ ਜਾਂਦਾ ਗੁਰੂ ਸਾਹਿਬ ਨੇ ਵੀ ਮੰਨਿਆ ਹਾਂਜੀ ਤੇ ਜੇਕਰ ਸੰਗਤ ਹੁਕਮ ਕਰਦੀ ਆ ਤੁਹਾਨੂੰ ਫਿਰ ਚਲੋ ਲਾਲ ਕਿਲੇ ਤੇ ਝੰਡਾ ਲਹਿਰਾਇਆ ਗਿਆ ਵੀ ਉਹ ਕੁਛ ਗਲਤ ਨਹੀਂ ਹੋਇਆ ਹੁਣ ਟਕੈਤ ਸਾਹਿਬ ਇਹ ਗੱਲ ਕਹਿ ਰਹੇ ਆ ਅੱਜ ਕਹਿ ਰਹੇ ਆ ਹੋਰ ਵੀ ਲੀਡਰ ਮੰਨਦੇ ਆ ਵੀ ਕੁਛ ਗਲਤ ਨਹੀਂ ਹੋਇਆ ਪਰ ਜਦੋਂ ਮੌਕਾ ਸੀ ਸੱਚ ਨਾਲ ਖੜਨ ਦਾ ਜਦੋਂ ਮੌਕਾ ਸੀ ਸੱਚ ਬੋਲਣ ਦਾ ਉਹਦੇ ਤੁਸੀਂ ਬੋਲਿਆ ਨਹੀਂ ਉਹਦੇ ਤੁਸੀਂ ਸਾਡੇ ਉਲਟ ਭੁਗਤੇ ਗੱਲ ਉੱਥੇ ਇਕੱਲੇ ਦੀਪ ਸਿੱਧੂ ਦੀ ਥੋੜ੍ਹੀ ਸੀ ਗੱਲ ਤਾਂ ਸਾਰੇ ਸੰਘਰਸ਼ੀ ਬੰਦਿਆਂ ਦੀ ਬਾਈ ਇਹ ਗੱਲ ਗੱਲ ਗਲਤੀ ਦੀ ਨਹੀਂ ਆ ਇਹ ਗੱਲ ਇਹ ਦੇਖੋ ਵੀ ਅੱਜ ਅਸੀਂ ਕਿਸ ਦੌਰ 'ਚ ਗੁਜ਼ਰ ਰਹੇ ਹਾਂ ਕਿਸੇ ਵੇਲੇ ਸਾਡਾ ਪਲੜਾ ਬਹੁਤ ਭਾਰੀ ਸੀ ਅੱਜ ਸਰਕਾਰ ਦਾ ਪਲੜਾ ਭਾਰੀ ਆ ਹੈ ਨਾ ਪਰ ਇਹ ਫਿਰ ਬਦਲੂਗਾ ਨਹੀਂ ਹੁਣ ਸਰਦਾਰ ਰੋਲਦੂ ਸਿੰਘ ਜੀ ਦੀ ਗੱਲ ਕਰਦੇ ਹਾਂ ਆਪਾਂ ਹੈ ਨਾ ਜੇ ਉਹਨਾਂ ਨੇ ਕੁਛ ਕਿਹਾ ਹੁਣ ਉਹਨਾਂ ਦੇ ਕਹੇ ਨੂੰ ਮੈਂ ਜਮ੍ਹਾਂ ਹੀ ਪਰਸਨਲੀ ਲੈਣਾ ਛੱਡਤਾ ਉਹ ਤਾਂ ਐਂ ਆ ਵੀ ਬਜ਼ੁਰਗਾਂ ਨੇ ਤੁਹਾਨੂੰ ਕੁਛ ਕਹਿਤਾ ਤੁਸੀਂ ਬਜ਼ੁਰਗਾਂ ਦਾ ਕਿਹਾ ਸੁਣ ਲਓ ਅਤੇ ਉਦੋਂ ਬਾਅਦ ਉਹਨਾਂ ਨੂੰ ਉਨੀ ਇੱਜ਼ਤ ਦਿਓ ਜਿੰਨੀ ਦੇ ਉਹ ਕਹਿ ਸਕਦੇ ਹਾਂ ਕਿ ਕਿਸਾਨਾਂ ਦੇ ਨਾਲ ਨਾਲ ਖਾਸ ਕਰਕੇ ਨੌਜਵਾਨ ਬਹੁਤ ਵੱਡੀ ਮਾਤਰਾ ਦੇ ਵਿੱਚ ਤੁਹਾਡੇ ਨਾਲ ਜੁੜੇ ਹੋਏ ਨੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਲੱਖਾਂ ਸਿਧਾਣਾ ਅਤੇ ਦੀਪ ਸਿੱਧੂ ਇਕੱਠੇ ਵੀ ਲੋਕਾਂ ਨੂੰ ਲਾਮਬੰਦ ਕਰਨਗੇ ਬਈ ਮੈਂ ਉਹੀ ਗੱਲ ਆ ਹੁਣ ਮੈਂ ਲੁਕਵੀਆਂ ਦੀਆਂ ਗੱਲਾਂ ਮੈਨੂੰ ਕਰਨੀਆਂ ਨਹੀਂ ਆਉਂਦੀਆਂ ਆਪਾਂ ਤਾਂ ਸਿੱਧੀ ਗੱਲ ਹੀ ਕਰਦੇ ਹੁੰਦੇ ਹਾਂ ਹੁਣ ਸਰਦਾਰ ਸੁਖਪਾਲ ਸਿੰਘ ਖਹਿਰੇ ਸਾਹਿਬ ਦੀ ਗੱਲ ਕਰ ਰਹੇ ਹੋ ਤੁਸੀਂ ਚਲੋ ਤੁਹਾਡਾ ਇੱਕ ਆਪਦਾ ਅੰਦਾਜ਼ੇ ਬਿਆਨ ਸੀ ਮੇਰਾ ਆਪਦੇ ਅੰਦਾਜ਼ੇ ਬਿਆਨ ਦੀਪ ਸਿੱਧੂ ਜੀ ਤੁਸੀਂ ਅੱਜ ਕੀ ਕਹਿਣਾ ਚਾਹੋਗੇ ਜੋ ਕਿ ਅੱਜ ਜਥੇਦਾਰ ਬਾਬਾ ਸੰਤੋਖ ਸਿੰਘ ਜੀ ਦੀ ਬਰਸੀ ਦੇ ਉੱਪਰ ਤੁਸੀਂ ਪਿੰਡ ਚੌਂਤਾ ਕਲਾਂ ਜੋ ਕਿ ਨੇੜੇ ਚਮਕੌਰ ਸਾਹਿਬ ਪਹੁੰਚੇ ਹੋ ਅਤੇ ਜਥੇਦਾਰ ਮੌਜੂਦਾ ਬਾਬਾ ਜੀ ਕੁਲਵਿੰਦਰ ਸਿੰਘ ਜੀ ਇੱਥੇ ਮੌਜੂਦ ਨੇ ਅਤੇ ਕੀ ਕਹਿਣਾ ਚਾਹੋਗੇ ਜੀ ਇਹੀ ਅਸੀਂ ਕਹਿਣਾ ਚਾਹਾਂਗੇ ਜੀ ਇਕੱਠੇ ਪਹਿਲਾਂ ਤਾਂ ਖਾਲਸਾ ਪੰਥ ਆ ਜਿਹੜਾ ਸਾਡਾ ਉਹਨਾਂ ਨੇ ਕਿਸਾਨੀ ਸੰਘਰਸ਼ 'ਚ ਸਾਡਾ ਬੜਾ ਸਾਥ ਦਿੱਤਾ ਔਰ ਜਦੋਂ ਸਾਡਾ ਨਿਹੰਗ ਸਿੰਘ ਫੌਜਾਂ ਉੱਥੇ ਪਹੁੰਚੀਆਂ ਤੁਸੀਂ ਇਹ ਵੇਖੋ ਔਰ ਜਿੱਦਾਂ ਸਾਨੂੰ ਇਹ ਪਤਾ ਲੱਗਿਆ ਵੀ ਸਾਡੀ ਫੌਜ ਨੇ ਵਹੀਰ ਘੱਤ ਲਈ ਆ ਦਿੱਲੀ ਦੀਆਂ ਸਰਹੱਦਾਂ 'ਤੇ ਆ ਕੇ ਸਾਡੇ ਨਾਲ ਬੈਠਣਗੇ ਅਤੇ ਸੰਘਰਸ਼ 'ਚ ਆਪਦੀ ਇੱਥੇ ਸ਼ਮੂਲੀਅਤ ਦੇਣਗੇ ਉਹ ਇੱਕ ਵੱਖਰੀ ਉਹ ਚੜ੍ਹਦੀ ਕਲਾ ਸੀ ਸੋ ਅੱਜ ਜੇ ਅਸੀਂ ਉਸ ਥਾਂ 'ਤੇ ਪਹੁੰਚੇ ਹਾਂ ਜਿੱਥੇ ਬਾਬਾ ਜੁਝਾਰ ਸਿੰਘ ਜੀ ਦਾ ਸ਼ਹੀਦੀ ਅਸਥਾਨ ਆ ਅਤੇ ਇਹ ਤਾਂ ਆਪਦੇ ਆਪ 'ਚ ਇੱਕ ਬੜੀ ਅਹਿਮ ਗੱਲ ਆ ਇਤਿਹਾਸ ਦੀਆਂ ਇਹਨਾਂ ਪਰਤਾਂ ਤੋਂ ਅਸੀਂ ਇਹੀ ਸਿੱਖਦੇ ਹਾਂ ਵੀ ਸਾਡੇ ਜਿਹੜੇ ਰਹਿਬਰ ਸੀ ਉਹਨਾਂ ਨੇ ਵੀ ਹੱਕ ਅਤੇ ਹਕੂਕ ਦੀਆਂ ਲੜਾਈਆਂ ਲੜੀਆਂ ਅਤੇ ਸਾਨੂੰ ਉਹਨਾਂ ਪਿਰਤਾਂ ਅਤੇ ਉਹਨਾਂ ਕਮਾਈਆਂ ਤੋਂ ਸਿੱਖਣਾ ਚਾਹੀਦਾ ਇਸੇ ਕਰਕੇ ਅਸੀਂ ਵੀ ਅੱਜ ਦਿੱਲੀ ਦੀਆਂ ਸਰਹੱਦਾਂ 'ਤੇ ਜੇ ਬੈਠੇ ਹਾਂ ਆਪਦੇ ਹੱਕ ਅਤੇ ਹਕੂਕ ਦੀ ਲੜਾਈ ਲੜ ਰਹੇ ਹਾਂ ਜੀ ਜਿਹੜੀ ਸਰਕਾਰ ਦੇ ਖਿਲਾਫ਼ ਇੱਕ ਮੁਹਿੰਮ ਵਿੱਢੀ ਆ ਵੀ ਇਹ ਨਵੇਂ ਜਿਹੜੇ ਕਾਨੂੰਨ ਬਣਾਏ ਆ ਜਿਹਨੂੰ ਆਪਾਂ ਖੇਤੀਬਾੜੀ ਜਾਂ ਕ੍ਰਿਸ਼ੀ ਕਾਨੂੰਨ ਕਹਿੰਦੇ ਹਾਂ ਇਹਨਾਂ ਨੂੰ ਰੱਦ ਕੀਤਾ ਜਾਵੇ ਕਿਸਾਨਾਂ ਨੂੰ ਉਹਨਾਂ ਦੇ ਬਣਦੇ ਹੱਕ ਦਿੱਤੇ ਜਾਣ ਕਿਉਂਕਿ ਕਿਸਾਨ ਪੰਜਾਬ ਤਾਂ ਕਿਸਾਨੀ ਤੋਂ ਬਿਨਾਂ ਸਿੱਖੀ ਤੋਂ ਬਿਨਾਂ ਔਰ ਕਿਸਾਨ ਅਤੇ ਸਿੱਖੀ ਦਾ ਆਪਸ 'ਚ ਜੋ ਇੱਕ ਸੰਬੰਧ ਆ ਉਹ ਤੋਂ ਬਿਨਾਂ ਤਾਂ ਕਲਪਿਆ ਹੀ ਨਹੀਂ ਜਾ ਸਕਦਾ ਨਾ ਸੋ ਇਹ ਤਾਂ ਸਾਰੇ ਪੰਜਾਬ ਦਾ ਸੰਘਰਸ਼ ਆ ਸਾਡੀ ਹੋਂਦ ਦੀ ਲੜਾਈ ਲੜੀ ਜਾਂਦੇ ਹਾਂ ਅਸੀਂ ਅਤੇ ਪੰਜਾਬ ਦੇ ਵਿੱਚੋਂ ਗੱਲਾਂ ਹੋ ਰਹੀਆਂ ਨੇ ਵੀ ਦੀਪ ਸਿੱਧੂ ਇੱਕ ਵੱਡਾ ਲੀਡਰ ਦੇ ਨਾਮ ਦੇ ਉੱਪਰ ਜੋ ਕਿ ਉੱਭਰ ਰਹੇ ਨੇ ਅਤੇ ਲੱਖਾਂ ਸਿਧਾਣਾ ਜੀ ਦੇ ਨਾਲ ਕੀ ਕਹਿਣਾ ਚਾਹੋਗੇ ਨਹੀਂ ਜੀ ਦੇਖੋ ਗੱਲ ਇਹ ਆ ਵੀ ਹੋ ਸਕਦਾ ਸੰਗਤ 'ਚੋਂ ਇੱਕ ਆਵਾਜ਼ ਹੋਵੇ ਨਾ ਤਾਂ ਮੈਂ ਇੱਥੇ ਇੱਕ ਲੀਡਰ ਬਣਨ ਆਇਆ ਸੀ ਨਾ ਹੀ ਚੋਣਾਂ ਲੜਨ ਆਇਆ ਸੀ ਨਾ ਹੀ ਮੇਰਾ ਕੋਈ ਇਰਾਦਾ ਜਿਵੇਂ ਅੱਜ ਹੁਣ ਆਪਾਂ ਬਾਬਾ ਕੁਲਵਿੰਦਰ ਸਿੰਘ ਜੀ ਨੂੰ ਇਹ ਕਹਿ ਦਈਏ ਵੀ ਤੁਸੀਂ ਤਾਂ ਜੀ ਉੱਥੇ ਬੈਠੇ ਹੋ ਕਿਸਾਨੀ ਸੰਘਰਸ਼ 'ਚ ਇਹ ਆਪਦੀ ਸ਼ਮੂਲੀਅਤ ਕਰ ਰਹੇ ਹੋ ਹੈ ਨਾ ਅਤੇ ਤੁਸੀਂ ਤਾਂ ਲੀਡਰ ਬਣਨਾ ਚਾਹੁੰਦੇ ਹੋ ਜਾਂ ਤੁਸੀਂ ਤੁਹਾਡਾ ਕੋਈ ਹੋਰ ਇਹਦੇ 'ਚ ਕੋਈ ਨਾ ਕੋਈ ਨਿੱਜ ਦਾ ਜਿਹੜਾ ਸਵਾਰਥ ਆ
ਸੋ ਜਦੋਂ ਅਸੀਂ ਸਾਰੇ ਇੱਕ ਬੈਠੇ ਹਾਂ ਉੱਥੇ ਨਾ, ਅਸੀਂ ਇਹਨਾਂ ਗੱਲਾਂ ਦੇ ਉੱਤੇ ਉੱਠ ਕੇ ਉੱਥੇ ਬੈਠੇ ਹਾਂ, ਉਹ ਵੱਖਰੀ ਗੱਲ ਆ ਵੀ ਸੰਘਰਸ਼ਾਂ 'ਚ, ਜਦੋਂ ਚੱਲਦੇ ਸੰਘਰਸ਼ਾਂ 'ਚ ਲੋਕਾਂ ਨੇ ਆਪਦੇ ਉਹ ਚਿਹਰੇ ਲੱਭਣੇ ਹੁੰਦੇ ਆ ਜਿਹੜੇ ਚਿਹਰੇ ਤੁਹਾਡੀ ਜਜ਼ਬਾਤਾਂ ਦੀ ਗੱਲ ਕਰਦੇ ਆ। ਤੇ ਤੁਸੀਂ ਕੁਝ ਦਿਨ ਪਹਿਲਾਂ ਕਿਹਾ ਸੀਗਾ ਕਿ ਮੈਂ ਆਪ ਇਲੈਕਸ਼ਨ ਹੀ ਲੜੂੰਗਾ ਵੀ ਸਪੋਰਟ ਕਰੂੰਗਾ। ਹਾਂਜੀ। ਤੇ ਜੇਕਰ ਸੰਗਤ ਹੁਕਮ ਕਰਦੀ ਆ, ਕਿਉਂਕਿ ਸਿੱਖ ਧਰਮ ਦੇ ਵਿੱਚ ਸੰਗਤ ਦਾ ਹੁਕਮ ਸਭ ਤੋਂ ਉੱਪਰ ਮੰਨਿਆ ਜਾਂਦਾ, ਗੁਰੂ ਸਾਹਿਬ ਨੇ ਵੀ ਮੰਨਿਆ। ਹਾਂਜੀ। ਤੇ ਜੇਕਰ ਸੰਗਤ ਹੁਕਮ ਕਰਦੀ ਆ ਤੁਹਾਨੂੰ ਫਿਰ? ਨਹੀਂ ਜੀ, ਦੇਖੋ ਇਹ ਸੰਗਤ ਦੇ ਰੂਪ 'ਚ ਜੋ ਵੀ ਹੁਕਮ ਹੁੰਦਾ ਉਹ ਤੋਂ ਆਪਾਂ ਕਿਵੇਂ ਪਰਾਂ ਹੋ ਸਕਦੇ ਹਾਂ। ਪਰ ਸਾਡੇ ਨਾ ਇਹ, ਮੈਂ ਕਿਉਂ ਕਹਿ ਰਿਹਾ ਗੱਲਾਂ, ਇਲੈਕਸ਼ਨ ਨਹੀਂ ਲੜਾਂਗੇ ਇਹ ਇਸ ਕਰਕੇ ਕਹਿ ਰਹੇ ਹਾਂ, ਜਦੋਂ ਜਦੋਂ ਅਸੀਂ ਸੰਘਰਸ਼ ਵਿੱਢੇ ਆ ਉਹਨਾਂ ਸੰਘਰਸ਼ਾਂ 'ਚੋਂ ਹਮੇਸ਼ਾ ਹੀ ਅਸੀਂ ਇੱਕ ਗੱਲ ਜਾਂ ਸੰਘਰਸ਼ੀ ਸਾਡੇ ਬੰਦੇ ਇਹ ਸੋਚਦੇ ਰਹੇ ਆ ਵੀ ਹੁਣ ਕਿਵੇਂ ਨਾ ਕਿਵੇਂ ਪਾਵਰ ਨੂੰ ਹਥਿਆਲੀਏ, ਜਿਵੇਂ ਪਤਾ ਨਹੀਂ ਹਥਿਆਲ ਕੇ ਪਾਵਰ ਨੂੰ ਕੀ ਕੀਤਾ ਜਾ ਸਕਦਾ। ਜਦੋਂ ਤੱਕ ਅਸੀਂ ਪੂਰੀ ਮਸਲੇ ਨੂੰ ਨਹੀਂ ਸਮਝਾਂਗੇ ਅਤੇ ਉਹਨਾਂ ਦੇ ਹੱਲਾਂ ਨੂੰ ਨਹੀਂ ਸਮਝਾਂਗੇ, ਫਿਰ ਪਾਵਰ ਕਰ ਕੀ ਸਕਦੀ ਆ, ਕਿਸ ਤਰ੍ਹਾਂ ਦੀ ਪਾਵਰ ਆ ਸਾਡੇ ਕੋਲ, ਇਹ ਨਹੀਂ ਸਮਝਾਂਗੇ। ਅਸੀਂ ਇਹ ਸੋਚਾਂਗੇ ਵੀ ਅਸੀਂ ਪਾਵਰ ਹਥਿਆ ਕੇ ਹੱਲ ਲੈ ਆਵਾਂਗੇ, ਹੱਲ ਫਿਰ ਵੀ ਨਹੀਂ ਆਉਣਾ। ਸੋ ਇਸ ਕਰਕੇ ਬੜੇ ਗੰਭੀਰ ਇੱਕ ਇਹਦੇ 'ਤੇ ਸਿਰ ਜੋੜ ਕੇ ਬੈਠਣ ਵਾਲੀਆਂ ਵਿਚਾਰਾਂ ਕਰਨ ਦੀ ਜ਼ਰੂਰਤ ਆ। ਉਦੋਂ ਬਾਅਦ ਮਸਲਿਆਂ ਦੇ ਹੱਲ ਵੀ ਸਾਨੂੰ ਮਿਲਣਗੇ, ਫਿਰ ਇੱਕ ਕਲੈਕਟਿਵ ਲੀਡਰਸ਼ਿਪ ਪੈਦਾ ਕਰੀਏ, ਉਹ ਕਲੈਕਟਿਵ ਲੀਡਰਸ਼ਿਪ ਕੰਮ ਕਰੇ, ਨਾ ਕਿ ਇਕੱਲਾ ਦੀਪ ਸਿੱਧੂ ਅੱਗੇ ਰਹਿ ਕੇ ਇਹ ਵੀ ਅਸੀਂ ਕੋਈ ਜਾਂ ਮੈਂ, ਮੇਰੇ ਹੱਥ 'ਚ ਕੋਈ ਇਹੋ ਜਿਹਾ ਜਾਦੂ ਆ ਜਾਂ ਮੇਰੇ ਹੱਥ 'ਚ ਬੜੀ ਕੋਈ ਸ਼ਕਤੀ ਆ ਵੀ ਮੈਂ ਕੁਛ ਸੰਵਾਰ ਦੂੰਗਾ। ਨਹੀਂ, ਇਕੱਲਾ ਨਹੀਂ ਮੈਂ ਸੰਵਾਰ ਸਕਦਾ, ਨਾ ਹੀ ਇਕੱਲਾ ਕੋਈ ਸੰਵਾਰ ਸਕਦਾ। ਅਸੀਂ ਇਕੱਠੇ ਕਲੈਕਟਿਵ ਰੂਪ 'ਚ ਹੁਣ ਪੰਜਾਬ ਦੀ ਮੁੜ ਸਾਰੀ ਕਰ ਸਕਦੇ ਹਾਂ, ਪਰ ਸਾਨੂੰ ਸਾਰਿਆਂ ਨੂੰ ਹੰਭਲਾ ਮਾਰਨਾ ਪੂਰਾ। ਜਿਹੜਾ ਯੂਥ ਪੰਜਾਬ ਦਾ ਬਾਹਰ ਜਾ ਰਿਹਾ, ਹਾਂਜੀ, ਲੱਗਦਾ ਵੀ ਸਭ ਤੋਂ ਵੱਡੀ ਘਾਟ ਹੈ ਬਾਈ ਜੀ ਪੰਜਾਬ ਦੇ ਲਈ ਆਉਣ ਵਾਲੇ ਟਾਈਮ ਦੇ ਲਈ? ਬਿਲਕੁਲ, ਸਾਡਾ ਜਿਹੜਾ ਪ੍ਰਵਾਸ ਹੋ ਰਿਹਾ ਇੱਥੋਂ ਨਾ, ਪ੍ਰਵਾਸ ਵੀ ਸਰਕਾਰਾਂ ਦੀਆਂ ਨੀਤੀਆਂ ਦੇ ਉੱਤੇ ਹੀ ਆਧਾਰਿਤ ਆ। ਔਰ ਇਹ ਸੋਚੀ ਸਮਝੀ ਸਾਜ਼ਿਸ਼ ਆ ਹਕੂਮਤਾਂ ਦੀ ਵੀ ਇਹਨਾਂ ਨੂੰ ਆਪਦੀ ਧਰਤੀ ਨਾਲੋਂ ਤੋੜੋ, ਕਿਉਂਕਿ ਨੌਜਵਾਨ ਪੀੜ੍ਹੀ ਸਾਰੀ ਕੁੜੀਆਂ ਮੁੰਡੇ ਬਾਹਰ ਹੀ ਜਾ ਰਹੇ ਆ। ਹਾਂਜੀ, ਵੀ ਇਹਨਾਂ ਨੂੰ ਪੰਜਾਬ, ਜੇ ਇੱਥੇ ਇਹ ਵੱਸਦੇ ਹੋਣਗੇ ਅਤੇ ਇਹ ਉਹ ਬੰਦੇ ਵੱਸਦੇ ਹੋਣਗੇ ਜਿਹੜੇ ਕੁਛ ਕਰ ਸਕਦੇ ਆ, ਅਤੇ ਮੁੜ ਕੇ ਸਾਨੂੰ ਵੱਧ ਪ੍ਰੋਬਲਮ ਹੋਣੀ ਆ। ਜਿਹੜੇ ਕੁਛ ਕਰ ਸਕਦੇ ਆ ਉਹਨਾਂ ਨੂੰ ਕੱਢੋ ਬਾਹਰ, ਆਉਣ ਵਾਲੀ ਨਵੀਂ ਪੀੜ੍ਹੀ ਨੂੰ ਤਾਂ ਇਹ ਪਿਰਤੀ ਪਾ ਦਿਓ ਵੀ ਤੁਸੀਂ ਇੱਥੇ ਨਹੀਂ ਰਹਿਣਾ, ਚਲੋ ਜੀ ਬਾਹਰ ਚੱਲੀਏ। ਸੋ ਇਹ ਸਰਕਾਰਾਂ ਦੀਆਂ ਹਕੂਮਤਾਂ ਦੀਆਂ ਗਿਣੀ ਮਿੱਥੀ ਸਾਜ਼ਿਸ਼ ਆ। ਜੇ ਅੱਜ ਆਪਾਂ ਹੋਂਦ ਦੀ ਗੱਲ ਕਰ ਰਹੇ ਹਾਂ ਨਾ, ਅਸੀਂ ਆਪਦੀ ਹੋਂਦ ਦੀ ਲੜਾਈ ਲੜ ਰਹੇ ਹਾਂ, ਉਹਦਾ ਇੱਕ ਪੱਖ ਅਤੇ ਇੱਕ ਪਹਿਲੂ ਇਹ ਵੀ ਆ ਵੀ ਜਿੰਨਾ ਪ੍ਰਵਾਸ ਇੱਥੋਂ ਹੋ ਰਿਹਾ ਅਤੇ ਅਸੀਂ ਉਹਨੂੰ ਕਿਵੇਂ ਰੋਕਣਾ, ਇਹ ਗੱਲ ਸਾਨੂੰ ਵੀ ਬਹੁਤ ਵੱਡੇ ਰੂਪ 'ਚ ਵਿਚਾਰਨੀ ਪਊਗੀ। ਕਿਸਾਨੀ ਸੰਘਰਸ਼ ਨੂੰ ਕਿੱਥੇ ਦੇਖਦੇ ਹਾਂ ਬਾਈ? ਕਿਸਾਨੀ ਸੰਘਰਸ਼ ਜਿਸ ਤਰ੍ਹਾਂ ਅਸੀਂ ਲੜਿਆ ਉਹ ਬਾਕਮਾਲ ਆ। ਤੁਸੀਂ ਅੱਜ ਵੇਖੋ ਟਕੈਤ ਸਾਹਿਬ ਦਾ ਆ ਕੱਲ੍ਹ ਦਾ ਬਿਆਨ ਆ ਵੀ ਜੋ ਅਸੀਂ ਅਕਾਲ ਤਖਤ ਸਾਹਿਬ, ਆਪਾਂ ਅਕਾਲ ਤਖਤ ਸਾਹਿਬ ਦੀ ਤਾਂ ਚਲੋ ਲਾਲ ਕਿਲ੍ਹੇ 'ਤੇ ਝੰਡਾ ਲਹਿਰਾਇਆ ਗਿਆ ਵੀ ਉਹ ਕੁਛ ਗਲਤ ਨਹੀਂ ਹੋਇਆ, ਹੁਣ ਟਕੈਤ ਸਾਹਿਬ ਇਹ ਗੱਲ ਕਹਿ ਰਹੇ ਆ, ਅੱਜ ਕਹਿ ਰਹੇ ਆ, ਹੋਰ ਵੀ ਲੀਡਰ ਮੰਨਦੇ ਆ ਵੀ ਕੁਛ ਗਲਤ ਨਹੀਂ ਹੋਇਆ। ਪਰ ਜਦੋਂ ਮੌਕਾ ਸੀ ਸੱਚ ਨਾਲ ਖੜਨ ਦਾ, ਜਦੋਂ ਮੌਕਾ ਸੀ ਸੱਚ ਬੋਲਣ ਦਾ, ਉਦੇ ਤੁਸੀਂ ਬੋਲਿਆ ਨਹੀਂ, ਉਦੇ ਤੁਸੀਂ ਸਾਡੇ ਉਲਟ ਭੁਗਤੇ। ਗੱਲ ਉੱਥੇ ਇਕੱਲੇ ਦੀਪ ਸਿੱਧੂ ਦੀ ਥੋੜ੍ਹੀ ਸੀ, ਗੱਲ ਤਾਂ ਸਾਰੇ ਸੰਘਰਸ਼ੀ ਬੰਦਿਆਂ ਦੀ ਸੀ। ਅੱਛਾ, ਅੱਜ ਤੁਸੀਂ ਸੱਚ ਨੂੰ ਕਹਿ ਰਹੇ ਹੋ ਨਹੀਂ ਹੀ ਕੁਛ ਗਲਤ ਨਹੀਂ ਹੋਇਆ, ਜਦੋਂ ਕੋਈ ਮੈਟਰ ਨਹੀਂ ਕਰਦੀ ਇਹ ਗੱਲ। ਕਿਸਾਨੀ ਸੰਘਰਸ਼ ਅਸੀਂ ਏਕੇ 'ਚ ਰਹਿ ਕੇ ਲੜੀਏ, ਕਿਸਾਨੀ ਸੰਘਰਸ਼ ਇੱਕ ਦੂਜੇ ਨੂੰ ਸਮਝ ਸਮਝਾ ਕੇ ਅਤੇ ਇੱਕ ਦੂਜੇ ਦੀ ਸਲਾਹ ਲੈ ਕੇ ਜੇ ਕੋਈ ਰਣਨੀਤੀ ਘੜਾਂਗੇ, ਮੈਨੂੰ ਐਂ ਲੱਗਦਾ। ਔਰ ਸਾਡੀ ਲੀਡਰਸ਼ਿਪ ਅਤੇ ਅਗਵਾਈ ਤਾਂ ਸਾਡੇ ਕਿਸਾਨ ਆਗੂ ਹੀ ਕਰਨਗੇ। ਸੋ ਇਸ ਕਰਕੇ ਕਿਸਾਨੀ ਸੰਘਰਸ਼ ਦੀ ਜਿਹੜਾ ਇੱਕ ਦ੍ਰਿਸ਼ਟੀਕੋਣ ਆ ਨਾ, ਉਹਨੂੰ ਵੱਡਾ ਕਰਨਾ ਪਊਗਾ। ਸੰਘਰਸ਼ ਦਾ ਦ੍ਰਿਸ਼ਟੀਕੋਣ ਤਾਂ ਬਹੁਤ ਵੱਡਾ, ਪਰ ਕਿਸਾਨੀ ਲੀਡਰਸ਼ਿਪ ਨੂੰ ਆਪਦਾ ਦ੍ਰਿਸ਼ਟੀਕੋਣ ਥੋੜ੍ਹਾ ਜਿਹਾ ਵੱਡਾ ਕਰਨਾ ਪਊਗਾ। ਕਿਸੇ ਵੇਲੇ ਕਿਸਾਨੀ ਸੰਘਰਸ਼ ਦੇ ਵਿੱਚ ਸਰਕਾਰ ਇੱਕ ਤਰੀਕੇ ਨਾਲ ਝੁਕੀ ਹੋਈ ਸੀ, ਪੂਰੀ ਤਰ੍ਹਾਂ ਬੈਕ ਟੂ ਬੈਕ ਮੀਟਿੰਗਾਂ ਕਰ ਰਹੇ ਸੀ। ਹਾਂਜੀ। ਪਰ ਇਸ ਵੇਲੇ ਜੋ ਸੰਯੁਕਤ ਮੋਰਚਾ ਉਹਨੂੰ ਚਿੱਠੀਆਂ ਲਿਖਣੀਆਂ ਪੈ ਰਹੀਆਂ ਨੇ, ਉਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਕਿ ਇਹ ਮਤਲਬ ਅੱਪ ਗਏ ਨੇ ਆਪਣਾ ਮੋਰਚੇ ਦੇ ਵਿੱਚ ਕਿ ਇਹ ਤੁਸੀਂ ਗਲਤੀ ਮੰਨਦੇ ਹੋ ਜੋ ਚਿੱਠੀ ਲਿਖੀ ਗਈ? ਨਹੀਂ ਜੀ ਬਾਈ, ਇਹ ਗੱਲ ਗਲਤੀ ਦੀ ਨਹੀਂ ਆ, ਇਹ ਗੱਲ ਇਹ ਦੇਖੋ ਵੀ ਅੱਜ ਅਸੀਂ ਕਿਸ ਦੌਰ 'ਚ ਗੁਜ਼ਰ ਰਹੇ ਹਾਂ। ਕਿਸੇ ਵੇਲੇ ਸਾਡਾ ਪਲੜਾ ਬਹੁਤ ਭਾਰੀ ਸੀ, ਅੱਜ ਸਰਕਾਰ ਦਾ ਪਲੜਾ ਭਾਰੀ ਆ, ਹੈ ਨਾ। ਪਰ ਇਹ ਫਿਰ ਬਦਲੂਗਾ, ਇਹ ਬਾਲਾ ਸਮਾਂ, ਇਹ ਚੱਲਦੇ ਜਿਹੜੇ ਲੜਾਈਆਂ ਜਾਂ ਯੁੱਧ ਹੁੰਦੇ ਆ ਨਾ, ਇਹਦੇ 'ਚ ਕਦੇ ਦੁਸ਼ਮਣ ਭਾਰੀ ਪੈਂਦਾ, ਕਦੇ ਅਸੀਂ ਭਾਰੀ ਪੈਂਦੇ ਹਾਂ। ਸੋ ਐਡੀ ਕੋਈ ਗੱਲ ਨਹੀਂ ਆ, ਚਿੱਠੀ ਲਿਖੀ ਗਈ ਆ, ਚਿੱਠੀ ਲਿਖੇ ਦਾ ਇੱਕ ਸੰਕੇਤਕ ਰੂਪ 'ਚ ਇਹ ਆ ਵੀ ਸਾਨੂੰ ਉਹਨਾਂ ਨੂੰ ਕਹਿਣਾ ਪੈ ਰਿਹਾ ਵੀ ਆ ਕੇ ਸਾਡੇ ਨਾਲ ਮੀਟਿੰਗ ਕਰੋ, ਜਦ ਕਿ ਸਾਡਾ ਤਾਂ ਦਬਾਅ ਹੋਣਾ ਚਾਹੀਦਾ ਸੀ। ਪਰ ਐਨੀਵੇਜ਼ ਇਹ ਦਬਾਅ ਵੀ ਬਣ ਜੂਗਾ, ਅਸੀਂ ਏਕੇ 'ਚ ਰਹਿ ਕੇ ਸੰਘਰਸ਼ ਲੜੀਏ, ਸਭ ਕੁਛ ਉਵੇਂ ਹੀ ਸਿਰਜਿਆ ਜਾਊ ਜਿਵੇਂ ਪਹਿਲਾਂ ਆਪਾਂ ਸਿਰਜਿਆ ਸੀ। ਲੀਡਰਾਂ ਨੂੰ ਕੀ ਕਹਿਣਾ ਚਾਹੋਗੇ ਜੀ, ਜਿਹੜੇ ਕਦੇ ਬਿਆਨ ਦੇ ਦਿੰਦੇ ਨੇ, ਕਦੇ ਫਿਰ ਆਪਣੇ ਬਿਆਨ 'ਤੇ ਮਾਫ਼ੀ ਮੰਗਣੀ ਪੈਂਦੀ ਹੈ? ਕੁਛ ਦਿਨ ਪਹਿਲਾਂ ਇੱਕ ਕਿਸਾਨ ਲੀਡਰ ਦਾ ਬਿਆਨ ਆਇਆ ਸੀ ਸਟੇਜ ਤੋਂ, ਦੀਪ ਸਿੱਧੂ ਅਤੇ ਲੱਖਾ ਸਿਧਾਣਾ ਬਾਰੇ ਇਨਡਾਇਰੈਕਟਲੀ ਤਰੀਕੇ ਦੇ ਨਾਲ ਉਹਨਾਂ ਨੇ ਕਿਹਾ ਸੀਗਾ, ਅਤੇ ਕੱਲ੍ਹ ਉਹਨਾਂ ਨੇ ਫਿਰ ਮਾਫ਼ੀ ਮੰਗਿਆ ਵੀ ਮੈਂ ਗਲਤੀ ਨਾਲ ਕਿਹਾ ਸੀਗਾ, ਉਹ ਆਪਣੀ ਜਗ੍ਹਾ 'ਤੇ ਸਹੀ ਨੇ।
ਤੇ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ? ਬਈ ਹੁਣ ਆਏ ਆ ਮੁੰਡੇ ਵਾਲੇ ਲੀਡਰ ਕਿਹਾ ਜਾਂਦਾ ਜਿਹਨਾਂ ਨਹੀਂ ਹੁਣ ਸਰਦਾਰ ਰੋਲਦੂ ਸਿੰਘ ਜੀ ਦੀ ਗੱਲ ਕਰਦੇ ਹਾਂ ਆਪਾਂ, ਹੈ ਨਾ। ਜੇ ਉਹਨਾਂ ਨੇ ਕੁਛ ਕਿਹਾ ਹੁਣ ਉਹਨਾਂ ਦੇ ਕਹੇ ਨੂੰ ਮੈਂ ਜਮਾਂ ਹੀ ਪਰਸਨਲੀ ਲੈਣਾ ਛੱਡਤਾ। ਉਹ ਤਾਂ ਐਂ ਆ ਵੀ ਬਜ਼ੁਰਗਾਂ ਨੇ ਤੁਹਾਨੂੰ ਕੁਛ ਕਹਿਤਾ, ਤੁਸੀਂ ਬਜ਼ੁਰਗਾਂ ਦਾ ਕਿਹਾ ਸੁਣ ਲਓ ਅਤੇ ਉਦੋਂ ਬਾਅਦ ਉਹਨਾਂ ਨੂੰ ਉਨੀ ਇੱਜ਼ਤ ਦਿਓ ਜਿੰਨੀ ਦੇ ਉਹ ਹੱਕਦਾਰ ਆ। ਸੋ ਇਹਨਾਂ ਗੱਲਾਂ ਨੂੰ ਆਪਾਂ ਪਰਸਨਲੀ, ਇਹ ਬਹੁਤ ਛੋਟੀਆਂ ਗੱਲਾਂ, ਇਹਨਾਂ ਨੂੰ ਲੈਣਾ ਛੱਡੀਏ। ਆਪਾਂ ਉਹਨਾਂ ਦੀ ਅੱਜ ਵੀ ਇੱਜ਼ਤ ਕਰਦੇ ਹਾਂ, ਉਹਨਾਂ ਨੂੰ ਇੱਜ਼ਤ ਦਿੰਦੇ ਵੀ ਰਹਾਂਗੇ। ਅਤੇ ਸਰਦਾਰ ਰੋਲਦੂ ਸਿੰਘ ਨੂੰ ਮੈਂ ਇਹੀ ਕਹੂੰਗਾ ਵੀ ਅਸੀਂ ਤਾਂ, ਤੁਸੀਂ ਸਾਡੇ ਬਜ਼ੁਰਗ ਹੋ, ਅਸੀਂ ਤੁਹਾਡੇ ਪੁੱਤ ਪੋਤੇ ਹਾਂ, ਅਤੇ ਤੁਸੀਂ ਜੇ ਝਿੜਕ ਵੀ ਸਕਦੇ ਹੋ ਪਰ ਇਕੱਠੇ ਰਹਿ ਕੇ ਏਕੇ 'ਚ ਰਹਿ ਕੇ ਚੱਲੀਏ ਆਪਾਂ, ਸਾਡੀ ਜ਼ਰੂਰਤ ਆ ਅੱਜ ਦੀ। ਤੁਸੀਂ ਨਿਕਲੇ ਹੋ ਜੀ ਕਿਸਾਨੀ ਸੰਘਰਸ਼ ਦੇ ਵਿੱਚ, ਬਹੁਤ ਵੱਡੀਆਂ ਉਮੀਦਾਂ ਨੇ ਤੁਹਾਡੇ ਤੋਂ ਅਤੇ ਲੱਖਾਂ ਸਿਧਾਣਾ ਤੋਂ। ਕਹਿ ਸਕਦੇ ਹਾਂ ਕਿ ਕਿਸਾਨਾਂ ਦੇ ਨਾਲ ਨਾਲ ਖਾਸ ਕਰਕੇ ਨੌਜਵਾਨ ਬਹੁਤ ਵੱਡੀ ਮਾਤਰਾ ਦੇ ਵਿੱਚ ਤੁਹਾਡੇ ਨਾਲ ਜੁੜੇ ਹੋਏ ਨੇ, ਕਿ ਆਉਣ ਵਾਲੇ ਸਮੇਂ ਦੇ ਵਿੱਚ ਲੱਖਾਂ ਸਿਧਾਣਾ ਅਤੇ ਦੀਪ ਸਿੱਧੂ ਇਕੱਠੇ ਵੀ ਲੋਕਾਂ ਨੂੰ ਲਾਮਬੰਦ ਕਰਨਗੇ? ਬਈ ਇਕੱਠੇ ਹੀ ਲਾਮਬੰਦ ਕਰੀ ਜਾਂਦੇ ਹਾਂ ਅੱਜ ਵੀ, ਹੈ ਨਾ। ਪਰ ਇੱਕ ਗੱਲ ਇਹ ਹੁੰਦੀ ਆ ਵੀ ਜਦੋਂ ਕਿਤੇ ਕੋਈ ਮੰਨ ਲਓ ਕੱਲ੍ਹ ਪੋਲੀਟੀਕਲੀ ਕੁਛ ਕਰਨਾ, ਉਦੋਂ ਤੁਹਾਡੇ ਪੋਲੀਟੀਕਲ ਆਈਡੀਆਜ਼ ਮੈਚ ਕਰਦੇ ਹੋਣ। ਜੇ ਪੋਲੀਟੀਕਲ ਆਈਡੀਆਜ਼ ਮੈਚ ਕਰਦੇ ਹੋਣਗੇ ਤਾਂ ਤੁਸੀਂ ਫਿਰ ਲੰਬੇ ਸਮੇਂ ਲਈ ਇੱਕ ਦੂਜੇ ਦੇ ਨਾਲ ਹੋ। ਜੇ ਤੁਸੀਂ ਤੁਹਾਡੀ ਪੋਲੀਟੀਕਲ ਸਮਝ 'ਚ ਵੱਖਰੇਵਾਂ ਹੋਊਗਾ ਨਾ, ਫਿਰ ਅੱਜ ਰਿਸ਼ਤਾ ਕਿੰਨਾ ਸੁਖਾਵਾਂ, ਕਿੰਨਾ ਵਧੀਆ ਰਿਸ਼ਤਾ, ਇਹਨੂੰ ਖਰਾਬ ਥੋੜ੍ਹੀ ਕਰਨਾ। ਸੋ ਪੋਲੀਟੀਕਲ ਸਮਝ ਆ ਜਿਹੜੀ, ਉਹਦੀ ਸਾਡੀ ਆਈਡੀਓਲੋਜੀ ਦਾ ਭਿੜਨਾ ਉਹ ਬਹੁਤ ਜ਼ਰੂਰੀ ਆ, ਪਰ ਮਕਸਦ ਤਾਂ ਇੱਕੋ ਹੀ ਆ ਨਾ, ਪੰਜਾਬ ਦਾ ਭਲਾ, ਲੋਕਾਂ ਦਾ ਭਲਾ। ਸੋ ਉਹ ਚਾਹੇ ਇਹ ਵੀ ਇਕੱਠੇ ਹੀ ਆ, ਪਰ ਜਿਵੇਂ ਆਪਾਂ ਕਹਿ ਲਈਏ ਵੀ ਕੱਲ੍ਹ ਨੂੰ ਜਮ੍ਹਾਂ ਹੀ ਇਕੱਠੇ ਤੁਰ ਪਏ, ਉਦੋਂ ਉਸ ਲਈ ਸਾਨੂੰ ਬਹਿ ਕੇ ਫਿਰ ਇੱਕ ਦੂਜੇ ਨੂੰ ਸਮਝਣਾ ਵੀ ਪਊਗਾ, ਪੋਲੀਟੀਕਲ ਆਈਡੀਆਜ਼ ਨੂੰ ਵੀ ਸਮਝਣਾ ਪਊਗਾ, ਅਤੇ ਕਿਸੇ ਇੱਕ ਕਾਮਨ ਗਰਾਊਂਡ 'ਤੇ ਇਕੱਠਾ ਹੋਣਾ ਪਊਗਾ, ਫਿਰ ਉਹ ਸਾਂਝਾਂ ਲੰਬੀਆਂ ਨਿਭਦੀਆਂ ਹੁੰਦੀਆਂ। ਨਹੀਂ ਤਾਂ ਅੱਜ ਜਿਹੜਾ ਰਿਸ਼ਤਾ ਕਿੰਨਾ ਵਧੀਆ ਅਤੇ ਕਿੰਨਾ ਆਪਾਂ ਕਹਿ ਲਈਏ ਸੁਖਾਵਾਂ ਰਿਸ਼ਤਾ, ਇੱਕ ਦੂਜੇ ਦੀ ਇੱਜ਼ਤ ਕਰਦੇ ਹਾਂ, ਇੱਕ ਦੂਜੇ ਦੇ ਨਾਲ ਖੜ੍ਹਦੇ ਹਾਂ, ਇਹ ਵੀ ਬਹੁਤ ਵਧੀਆ ਗੱਲ ਆ। ਆਪਾਂ ਇਹਨਾਂ ਨੂੰ ਵਿਗਾੜਨਾ ਨਹੀਂ ਹੈ, ਇਹਨਾਂ ਨੂੰ ਬਿਹਤਰ ਕਰਨਾ। ਇਹ ਤੋਂ ਲੱਖਾਂ ਸਿਧਾਣਾ ਸੰਗਰੂਰ ਬਠਿੰਡਾ ਇਲਾਕੇ ਦੇ ਵਿੱਚ ਜੋ ਕਿ ਆਪਣੀਆਂ ਨੌਜਵਾਨਾਂ ਨੂੰ ਇਕੱਠੇ ਕਰਕੇ ਜੋ ਕਿ ਰੈਲੀਆਂ ਕਰ ਰਹੇ ਨੇ ਪਿੰਡ ਤੋਂ ਪਿੰਡ, ਤੁਸੀਂ ਇੱਧਰ ਇਲਾਕੇ ਦੇ ਵਿੱਚ ਘੁੰਮ ਰਹੇ ਹੋ ਤਾਂ ਕੀ ਕਹਿਣਾ ਚਾਹੋਗੇ? ਬਸ ਉਹੀ ਆ ਜੀ, ਦੇਖੋ ਹਰ ਬੰਦਾ ਆਪਦੇ ਢੰਗ ਨਾਲ ਕੰਟਰੀਬਿਊਟ ਕਰ ਰਿਹਾ। ਸਾਰੇ ਇਲਾਕੇ ਵੀ ਆਪਾਂ ਕਵਰ ਕਰ ਦਈਏ, ਉੱਧਰੋਂ ਉੱਧਰ ਉਹ ਬਠਿੰਡੇ ਵਾਲੇ ਪਾਸੇ ਲੱਗੇ ਹੋਏ ਆ, ਮੈਂ ਦੁਆਬੇ 'ਚ ਵੀ ਸੀ, ਹੁਣ ਮਾਝੇ 'ਚ ਵੀ ਜਾਊਂਗਾ, ਬਠਿੰਡੇ ਵਾਲੇ ਪਾਸੇ ਜਾਂ ਫਰੀਦਕੋਟ ਵੀ ਜਾ ਆਏ ਹਾਂ। ਸੋ ਆਪਦੇ ਹਿਸਾਬ ਨਾਲ ਲੱਗੇ ਹੋਏ ਆ ਜੀ। ਤੁਸੀਂ ਦੀਪ ਜੀ, ਕਿਤੇ ਨਾ ਕਿਤੇ ਕਿਸਾਨੀ ਸੰਘਰਸ਼ ਜੋ ਹੋਣ ਦੀ ਲੜਾਈ ਪੰਜਾਬ ਲੜ ਰਿਹਾ, ਲੋਕਾਂ ਨੂੰ ਜਾਗਰੂਕ ਕੀਤਾ, ਕਿਤੇ ਨਾ ਕਿਤੇ ਲੋਕਾਂ ਨੂੰ ਰਾਜਨੀਤਿਕ ਤੌਰ 'ਤੇ ਵੀ ਜਾਗਰੂਕ ਕਰਨ ਦੀ ਲੋੜ ਹੈ। ਇਸ ਵੇਲੇ ਜੋ ਪਿਛਲੇ ਕੁਝ ਦਿਨਾਂ ਤੋਂ ਘਟਨਾਕ੍ਰਮ ਹੋਏ ਨੇ, ਕੁਝ ਲੀਡਰ ਜੋ ਕਿ ਕਿਤੇ ਨਾ ਕਿਤੇ ਪਹਿਲਾਂ ਬਹੁਤ ਹੱਕ ਸੱਚ ਦੀਆਂ ਗੱਲਾਂ ਕਰਦੇ ਸੀਗੇ, ਅੱਜ ਉਹਨਾਂ ਬਾਰੇ ਕਿਹਾ ਜਾ ਰਿਹਾ ਕਿ ਕੁਰਸੀ ਦੇ ਕਰਕੇ ਉਹ ਤਿੰਨ ਲੀਡਰ ਪਾਰਟੀ ਚੇਂਜ ਕਰ ਗਏ ਨੇ, ਅਤੇ ਪਾਰਟੀ ਵੀ ਉਹਨਾਂ ਦਿਨਾਂ ਦੇ ਵਿੱਚ ਚੇਂਜ ਕੀਤੀ ਹੈ ਜਿਨ੍ਹਾਂ ਦਿਨਾਂ ਦੇ ਵਿੱਚ ਸਿੱਖ ਧਰਮ ਦੇ ਵਿੱਚ ਕੋਈ ਖੁਸ਼ੀ ਦਾ ਪ੍ਰੋਗਰਾਮ ਨਹੀਂ ਕੀਤਾ ਜਾਂਦਾ, ਉਹਦੇ ਬਾਰੇ ਕੀ ਕਹੋਗੇ ਜੀ? ਦੇਖੋ ਮੈਂ ਉਹੀ ਗੱਲ ਆ, ਹੁਣ ਮੈਂ ਲੁਕਵੀਆਂ ਜੀਆਂ ਗੱਲਾਂ ਮੈਨੂੰ ਕਰਨੀਆਂ ਨਹੀਂ ਆਉਂਦੀਆਂ, ਆਪਾਂ ਤਾਂ ਸਿੱਧੀ ਗੱਲ ਹੀ ਕਰਦੇ ਹੁੰਦੇ ਹਾਂ। ਹੁਣ ਸਰਦਾਰ ਸੁਖਪਾਲ ਸਿੰਘ ਖਹਿਰੇ ਸਾਹਿਬ ਦੀ ਗੱਲ ਕਰ ਰਹੇ ਹੋ ਤੁਸੀਂ, ਚਲੋ ਤੁਹਾਡਾ ਇੱਕ ਆਪਦਾ ਅੰਦਾਜ਼ੇ ਬਿਆਨ ਸੀ, ਮੇਰਾ ਆਪਦੇ ਅੰਦਾਜ਼ੇ ਬਿਆਨ, ਹੈ ਨਾ, ਇਸੇ ਕਰਕੇ ਮੈਂ ਸਿੱਧੀ ਗੱਲ ਕਰਦਾ ਹੁੰਦਾ। ਸਾਡੇ ਇੱਕ ਬੜੇ ਇੰਪੋਰਟੈਂਟ ਜਾਂ ਇੱਕ ਇਹੋ ਜਿਹੀ ਸ਼ਖਸੀਅਤ ਜਿਹੜੀ ਖੁਦਮੁਖਤਿਆਰੀ ਦੀ ਗੱਲ ਕਰਦੇ ਸੀ, UAPA ਦੀਆਂ ਲੜਾਈਆਂ ਲੜਦੇ ਸੀ ਸਾਡੇ, ਅਸੀਂ ਉਹਨਾਂ ਨੂੰ ਆਪਦੇ ਹੱਥੋਂ ਗਵਾ ਲਿਆ, ਉਹ ਇੱਕ ਨੈਸ਼ਨਲ ਲੈਵਲ ਦੀ ਪਾਰਟੀ ਜੁਆਇਨ ਕਰ ਗਏ ਆ, ਕਿਤੇ ਨਾ ਕਿਤੇ ਉਹ ਵੀ ਡਿਸਅਪੁਆਇੰਟ ਹੋਏ ਆ ਵੀ ਉਹਨਾਂ ਨੇ ਬੜੇ ਲੰਬੇ ਸਮੇਂ ਤੋਂ ਇਹ ਕਿਹਾ ਵੀ ਆਪਾਂ ਇਕੱਠੇ ਤੁਰ ਗਏ, ਆਪਾਂ ਇਕੱਠੇ ਚੱਲ ਗਏ, ਆਪਾਂ ਇੱਕ ਨਵੀਂ ਆਈਡੀਓਲੋਜੀ ਜਿਹੜੀ ਸਾਡੇ ਪੰਜਾਬੀ ਸੱਭਿਆਚਾਰ ਨੂੰ, ਪੰਜਾਬ ਦੀ ਧਰਤੀ ਨੂੰ, ਪੰਜਾਬ ਦੇ ਲੋਕਾਂ ਨੂੰ ਰਿਪ੍ਰਜ਼ੈਂਟ ਕਰੇ, ਉਹ ਪੋਲੀਟੀਕਲ ਆਈਡੀਓਲੋਜੀ ਨੂੰ ਲੈ ਕੇ ਚੱਲ ਗਏ, ਇੱਕ ਖੇਤਰੀ ਪਾਰਟੀ ਆਪਦੀ ਪੰਜਾਬ ਦੀ ਤਿਆਰ ਕਰੀਏ। ਪਰ ਮੈਨੂੰ ਲੱਗਦਾ ਉਹਨਾਂ ਨੂੰ ਇਹ ਇਸ ਰਾਹ 'ਤੇ ਕਿਤੇ ਆ ਕੇ ਇਹ ਲੱਗਿਆ ਵੀ ਮੈਂ ਇਕੱਲਾ ਹੀ ਰਹਿ ਗਿਆ, ਇਸ ਕਰਕੇ ਉਹਨਾਂ ਨੇ ਇਹ ਸੋਚਿਆ ਹੋਣਾ ਵੀ ਹੁਣ ਜੇ ਇਕੱਲਾ ਰਹਿ ਗਿਆ ਤਾਂ ਕੇਸਾਂ ਤੋਂ ਡਰਦੇ ਹੋਏ। ਨਹੀਂ ਬਾਈ, ਇਹ ਤਾਂ ਹੁਣ ਜਿਹੜੀਆਂ ਗੱਲਾਂ ਨਾ, ਅਸੀਂ ਬੜੀਆਂ ਗੱਲਾਂ ਨੂੰ ਆਪ ਹੀ ਬਣਾ ਲੈਂਦੇ ਹਾਂ, ਹੈ ਨਾ, ਬੜੀਆਂ ਗੱਲਾਂ ਬਣਾਈਆਂ ਜਾਂਦੀਆਂ। ਜੇ ਆ ਇਹ ਗੱਲ ਸਾਡੇ 'ਚ ਘਾਟ ਆ ਵੀ ਕੇਸਾਂ ਤੋਂ ਡਰਦੇ ਹੋਏ, ਅੱਜ ਹੀ ਕੇਸਾਂ ਤੋਂ ਡਰਦੇ ਸੀ, ਪਹਿਲਾਂ ਕਿਉਂ ਨਹੀਂ ਕੇਸਾਂ ਤੋਂ ਡਰੇ? ਸੋ ਜਦੋਂ ਬੰਦੇ ਜਥੇਬੰਧਕ ਹੋਣਗੇ ਨਾ, ਅੱਜ ਜੇ ਕੇਸਾਂ ਤੋਂ ਡਰਦੇ ਆ, ਕਾਂਗਰਸ ਦਾ ਕੀ ਵਜੂਦ ਆ? ਪੰਜਾਬ 'ਚ ਹੀ ਆ ਨਾ, ਬਾਹਰ ਤਾਂ ਕੋਈ ਵਜੂਦ ਨਹੀਂ। ਸੋ ਕੇਸ ਤਾਂ ਸੈਂਟਰ ਦੇ ਪਏ ਹੋਏ ਆ ਉਹਨਾਂ 'ਤੇ, ਹੁਣ ਗੱਲ ਇਹ ਨਹੀਂ ਹੁੰਦੀ ਕੇਸਾਂ ਤੋਂ ਡਰਦੇ ਹੋਏ। ਇੱਕ ਬੰਦਾ ਆਪਦੇ ਆਪ ਨੂੰ ਪੋਲੀਟੀਕਲੀ, ਉਹਨਾਂ ਦੀ ਮੈਂ ਕੁਛ ਇੰਟਰਵਿਊ ਸੁਣੀ ਸੀ, ਉਹ ਕਹਿੰਦੇ ਮੈਨੂੰ ਰੈਲੇਵੈਂਟ ਰਹਿਣਾ ਸੀ, ਮੈਂ ਵੀ ਮੈਂ ਪੋਲੀਟੀਕਲੀ ਰੈਲੇਵੈਂਟ ਰਹਾਂ, ਆਪਦੀ ਗੱਲ ਕਹਿ ਸਕਾਂ। ਪਰ ਜੇ ਉੱਥੇ ਕਿਤੇ ਜਥੇਬੰਧਕ ਹੋ ਜਾਂਦੇ ਅਸੀਂ ਪਹਿਲਾਂ, ਹੋ ਸਕਦਾ ਉਹਨਾਂ ਨੂੰ ਲੱਗਦਾ ਵੀ ਮੈਂ ਰੈਲੇਵੈਂਟ ਹਾਂ, ਉਹਨਾਂ ਨੂੰ ਲੱਗਿਆ ਮੈਂ ਰੈਲੇਵੈਂਟ ਹੀ ਨਹੀਂ ਆ, ਜੋ ਇਕੱਲਾ ਹੀ ਖੜ੍ਹਾ ਆਪਦੀ, ਕਦੇ ਇੱਧਰ ਨੂੰ ਤੁਰ ਪੈਣਾ, ਕਦੇ ਇੱਧਰ ਨੂੰ ਤੁਰ ਪੈਣਾ। ਤਾਂ ਉਹ ਇੱਕ ਸਾਰਾ ਮਾਹੌਲ ਦੇ ਕਰਕੇ ਉਹ ਪਾਰਟੀ ਜੁਆਇਨ ਕਰ ਗਏ, ਪਰ ਇਹਦਾ ਨੁਕਸਾਨ ਆ ਸਾਨੂੰ, ਇਹ ਸਾਡਾ ਫਾਇਦਾ ਨਹੀਂ ਆ।
बहुत बड़ा नुकसान आ जे खहरा साहब जिहड़े खुदमुख्तियारी की गल करते फैडरल ढांचे की गल करते अज एक ओहजी पार्टी नाल बह गए जाके जिहड़ी दिल्ली तो चलती है। तो जथेदार बाबा कुलविंदर सिंह जी जो अज दीप सिद्धू जिथे पहुंचे ने तो उन्होंने बारे की कहना चाहोगे? सारी साध संगत नूं वाहिगुरू जी का खालसा वाहिगुरू जी की फतेह। जो सुरमनी जरनैल साहबजादा बाबा जुझार सिंह बाबा जीवन सिंह निहंग सिंह खालसा दल वालों सचखंड वासी बाबा संतोख सिंह जी की इतने अठवीं बरसी मनाई गई है जिथे साडे भरा छोटे भरा दीप सिद्धू जी साडे सद्दे ते पहुंचे आ। असीं उन्हां दा बड़ा धन्नवाद करदे आ। बाकी उन्हां दे कहण दा जिहड़ा किसानी संघर्ष आ असीं सारे भरा जिथे मोर्चा लाया है बड़े लंबे समय तो किसानां दे नाल खड़े हो ते आंदे जांदे वी रहिंदे हो ते दीप सिद्धू जी उत्थे मिलदे रहिंदे ने की कहना चाहोगे? असीं यही कहने भी असीं सिर नाल सिर जोड़ के सारे इकट्ठे रह के संघर्ष नूं वध तों वध लामबंद करिए, संघर्ष नूं बहुत ज़्यादा अगे वधाइए जिहड़ा साडा संघर्ष होर ज़्यादा छेती तों छेती कामयाब हो सके। ठीक है जी। दीप सिद्धू जी तुसीं मतलब फिल्मां तों आए हो, जदों किसानी संघर्ष चलिया बहुत वड्डा तुहाडा नुकसान होया। जल शुक्रिया। नहीं भाई नुकसान फिल्मों के नुकसान होया उसनों किस तरह फिर भी कोई नहीं भाई मेहनत फिर कर लेंगे फिर मेहनत कर लेंगे सब कुछ चलिए बाद में सारा मोर्चा पूरी चढ़दी कला से जाऊगा। भाई साढ़े नाल है खड़ा इकट्ठे हैं इकट्ठे हैं सारे इधर लड़ी वीरों ने